ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਨਤੀਜੇ 20 ਦਿਨ ਪਹਿਲਾਂ ਐਲਾਨੇ ਗਏ ਨੇ। ਇਹਨਾਂ ਨਤੀਜਿਆਂ ਵਿੱਚ ਇਸ ਵਾਰ ਲੁਧਿਆਣਾ ਜ਼ਿਲ੍ਹੇ ਨੇ ਬਾਜ਼ੀ ਮਾਰੀ ਹੈ, ਜਿਸ ਵਿੱਚ ਕੁੱਲ 336 ਮੈਰਿਟ ਹੋਲਡਰਸ 'ਚੋਂ 136 ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਨੇ। ਲੁਧਿਆਣਾ ਦੀ ਮਹਿਕ ਅਤੇ ਮੁਕਤਸਰ ਦੀ ਮਨਿੰਦਰ ਕੌਰ ਹਿਊਮੈਨਿਟੀਜ਼ ਗਰੁੱਪ ਵਿੱਚ 96.99% ਅੰਕ ਹਾਸਲ ਕਰਕੇ ਪਹਿਲੇ ਨੰਬਰ 'ਤੇ ਰਹੀਆਂ। ਲੁਧਿਆਣਾ ਦੀ ਹੀ ਚਰਨਪ੍ਰੀਤ ਕੌਰ 96.44% ਅੰਕ ਹਾਸਲ ਕਰਕੇ ਦੂਜੇ ਸਥਾਨ 'ਤੇ ਰਹੀ। ਇਸ ਵਾਰ ਦੀ ਪਾਸ ਪ੍ਰਤੀਸ਼ਤਤਾ ਲਗਭਗ 69% ਰਹੀ ਹੈ। ਇਸ ਵਾਰ ਕੁੱਲ 3,29,805 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ, ਜਿਨ੍ਹਾਂ 'ਚੋਂ 2,60,456 ਵਿਦਿਆਰਥੀ ਪਾਸ ਹੋਏ ਨੇ, ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਧੇਰੇ ਚੰਗੇ ਰਹੇ। ਬਾਕੀ ਨਤੀਜਿਆਂ ਵਾਂਗ ਇਹਨਾਂ ਨਤੀਜਿਆਂ 'ਚ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਛਾੜਦਿਆਂ ਬਾਜ਼ੀ ਮਾਰੀ ਹੈ। ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਨਕਲ ਅਤੇ ਨਕੇਲ ਕੱਸਦਿਆਂ ਇਸ ਵਾਰ ਨਤੀਜੇ ਮਾੜੇ ਆਉਣ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਇਸ ਵਾਰ ਦੇ ਨਤੀਜੇ ਪਿਛਲੀ ਵਾਰ ਨਾਲੋਂ ਵਧੇਰੇ ਚੰਗੇ ਨੇ। ਜਾਂ ਅਸੀਂ ਨਕਲ ਦੇ ਵਿੱਚ ਐਰਕੀ ਕਾਫ਼ੀ ਸਖਤੀ ਕੀਤੀ ਹੈ, ਇਹਦਾ ਜਿਹੜਾ ਅਸਲ ਜਿਹੜਾ ਫਰਕ ਹੈ ਉਹ ਅਗਲੇ ਸਾਲ 'ਤੇ ਪਏਗਾ, ਕਿਉਂਕਿ ਹੁਣ ਲੋਕਾਂ ਨੂੰ ਮਹਿਸੂਸ ਹੋ ਜਾਏਗਾ ਕਿ ਨਕਲ ਨਹੀਂ ਵੱਜਣੀ ਅਤੇ ਪੜ੍ਹਾਈ ਹੁਣੇ ਤੋਂ ਸ਼ੁਰੂ ਹੋ ਜਾਏਗੀ। ਸਰਕਾਰੀ ਸਕੂਲਾਂ ਦਾ ਰਿਜ਼ਲਟ ਜ਼ਿਆਦਾ ਮਾੜਾ ਹੈ, ਪ੍ਰਾਈਵੇਟ ਸਕੂਲਾਂ ਦਾ ਰਿਜ਼ਲਟ ਚੰਗਾ ਹੈ। ਪਰ ਪਿੱਛੇ ਸਾਡੇ ਕੋਲ ਕਾਫ਼ੀ ਇਸ ਗੱਲ ਦੀਆਂ, ਜਦੋਂ ਅਸੀਂ ਪਤਾ ਕੀਤਾ, ਸਾਨੂੰ ਪਤਾ ਲੱਗਿਆ ਕਿ ਪ੍ਰਾਈਵੇਟ ਸਕੂਲਾਂ ਵਾਲੇ ਕੁਝ ਲੋਕ ਮਿਲ ਗਿਲ ਕੇ ਨਕਲ ਵੱਧ ਮਰਵਾ ਦਿੰਦੇ ਸੀ, ਉਹ ਆਪਣੀ ਪਲੈਨਿੰਗ ਕਰ ਲੈਂਦੇ ਸੀ ਪਹਿਲਾਂ ਹੀ। ਉਹੋ ਜਿਹੀਆਂ ਗੱਲਾਂ ਜਦੋਂ ਅਸੀਂ ਸਾਰੀਆਂ ਉਹ ਫੜੀਆਂ ਅਤੇ ਐਰਕੀ ਸਖਤੀ ਕੀਤੀ, ਬੜੇ ਉਹਨਾਂ ਨੇ ਪ੍ਰੈਸ਼ਰ ਪਵਾਇਆ ਸਾਡੇ ਉੱਤੇ, ਉਹਦੇ ਬਾਵਜੂਦ ਵੀ ਕਿਸੇ ਦੀ ਗੱਲ ਸੁਣੀ ਨਹੀਂ ਗਈ, ਜਿਹਦੇ ਕਰਕੇ ਉਹ ਸਕੂਲ ਜਿਨ੍ਹਾਂ ਦੇ ਵਿੱਚ ਸ਼ੱਕ ਸੀ ਕਿ ਜਾਂ ਪਿੱਛੇ ਜਿਨ੍ਹਾਂ ਦੇ ਰਿਜ਼ਲਟ ਚੰਗੇ ਸੀ ਜਾਂ ਜਿਹੜੇ ਏਰੀਏ ਦੇ ਵਿੱਚ ਸਾਨੂੰ ਜ਼ਿਆਦਾ ਸੀ ਕਿ ਇੱਥੇ ਨਕਲ ਵੱਜਦੀ ਹੈ, ਉਹਨਾਂ ਦੇ ਰਿਜ਼ਲਟ ਐਰਕੀ 40% ਤੋਂ ਘੱਟ ਆਏ ਨੇ। ਉਧਰ 12ਵੀਂ ਦੇ ਐਲਾਨੇ ਗਏ ਨਤੀਜਿਆਂ ਵਿੱਚ ਮੁਕਤਸਰ ਜ਼ਿਲ੍ਹੇ ਦੀ ਮਨਿੰਦਰ ਕੌਰ ਦੇ ਪਹਿਲੇ ਸਥਾਨ 'ਤੇ ਆਉਣ 'ਤੇ ਉਸਦੇ ਪਰਿਵਾਰਕ ਮੈਂਬਰਾਂ 'ਚ ਖੁਸ਼ੀ ਦਾ ਮਾਹੌਲ ਹੈ। ਇਸ ਦੌਰਾਨ ਮਨਿੰਦਰ ਕੌਰ ਨੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨਾਲ ਖੁਸ਼ੀ ਸਾਂਝੀ ਕੀਤੀ। ਉਹਨਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਇਹ ਖੁਸ਼ੀ ਸਾਂਝੀ ਕੀਤੀ ਹੈ। ਮੈਂ ਨਰਸਰੀ ਤੋਂ ਇਸ ਸੰਸਥਾ ਵਿੱਚ ਪੜ੍ਹ ਰਹੀ ਹਾਂ ਅਤੇ ਮੇਰੇ ਟੀਚਰਸ ਨੇ, ਪ੍ਰਿੰਸੀਪਲ ਮੈਮ ਨੇ, ਵਾਈਸ ਪ੍ਰਿੰਸੀਪਲ ਮੈਮ ਨੇ ਐਂਡ ਮਾਈ ਅਦਰ ਟੀਚਰ ਸਟਾਫ ਨੇ ਮੈਨੂੰ ਬਹੁਤ ਜ਼ਿਆਦਾ ਕੋਪਰੇਸ਼ਨ ਕੀਤਾ, ਮਤਲਬ ਬਹੁਤ ਕੋਪਰੇਟ ਕੀਤਾ ਮੈਨੂੰ ਅਤੇ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਕਿ ਮੈਂ ਇੱਥੋਂ ਤੱਕ ਪਹੁੰਚ ਸਕੀ ਹਾਂ। ਮੇਰੀ ਇਹ ਇੱਛਾ ਸੀ ਕਿ ਮੈਂ ਟੋਪ ਕਰ ਸਕਾਂ ਪਲੱਸ ਟੂ ਵਿੱਚੋਂ, ਅਤੇ ਇਸ ਲਈ ਮੈਨੂੰ ਜਿਹੜੇ ਵੀ ਪੰਜਾਬ ਦੇ ਟੋਪਰਸ ਇੱਥੇ ਪਹਿਲਾਂ ਟੋਪ ਕਰ ਚੁੱਕੇ ਆ, ਮੈਨੂੰ ਉਹਨਾਂ ਤੋਂ ਇੰਸਪਾਇਰੇਸ਼ਨ ਮਿਲੀ ਹੈ ਕਿ ਮੈਂ ਅੱਜ ਟੋਪ ਕੀਤਾ। ਇਸ ਲਈ ਮੈਂ ਪਰਮਾਤਮਾ ਦੀ ਨੇ ਟੀਚਰਸ ਦੀ ਪੇਰੈਂਟਸ ਦੀ ਬਹੁਤ ਜ਼ਿਆਦਾ ਧੰਨਵਾਦੀ ਹਾਂ, ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ। ਮੇਰਾ ਗੇਮ ਹੈ ਕਿ ਮੈਂ IAS ਆਫਿਸਰ ਬਣਨਾ ਚਾਹੁੰਦੀ ਹਾਂ ਅਤੇ ਉਹਦੇ ਲਈ ਫਸਟ ਆਫ ਆਲ ਮੈਂ BA ਕਰਨੀ ਹੈ, ਦੈਨ ਮੈਂ ਕੰਪੀਟੀਸ਼ਨ ਐਗਜ਼ਾਮਸ ਦੀ ਪ੍ਰਿਪਰੇਸ਼ਨ ਕਰਨੀ ਹੈ, ਦੈਨ ਤਿਆਰੀ ਕਰਨੀ ਹੈ। ਸੰਸਥਾ ਦੀ ਵਿਦਿਆਰਥਣ ਮਨਿੰਦਰ ਕੌਰ ਨੇ ਜੋ ਪੰਜਾਬ ਪੱਧਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਸਭ ਤੋਂ ਪਹਿਲਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦੀ ਹਾਂ ਔਰ ਇਸ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਦਾ ਮੇਰ ਭਰਿਆ ਹੱਥ ਇਸ ਸੰਸਥਾ 'ਤੇ ਬਣਿਆ ਹੋਇਆ ਹੈ ਔਰ ਨਾਲ ਹੀ ਇਸ ਸੰਸਥਾ ਦੀ ਪ੍ਰਬੰਧਕ ਕਮੇਟੀ ਜਿਸਦੇ ਚੇਅਰਮੈਨ ਡਾਕਟਰ ਪ੍ਰਿਤਪਾਲ ਸਿੰਘ ਜੀ ਹਨ, ਜਿਨ੍ਹਾਂ ਦੀ ਅਣਥੱਕ ਕੋਆਪਰੇਸ਼ਨ ਦੇ ਸਦਕਾ ਇਸ ਸੰਸਥਾ ਨੂੰ ਬਹੁਤ ਵਧੀਆ ਇਨਫਰਾਸਟ੍ਰਕਚਰ ਅਤੇ ਬਹੁਤ ਹੀ ਵਧੀਆ ਟੀਚਰ ਦਿੱਤੇ ਹਨ ਜੋ ਕਿ ਬਹੁਤ ਹੀ ਮਿਹਨਤ ਦੇ ਨਾਲ, ਸਿੰਸੀਅਰਿਟੀ ਦੇ ਨਾਲ ਸੰਸਥਾ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਅਤੇ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਕਮੇਟੀ ਨੂੰ ਸੰਸਥਾ ਇਸੇ ਤਰ੍ਹਾਂ ਹੀ ਔਰ ਅਧਿਆਪਕਾਂ ਨੂੰ ਇਸੇ ਤਰ੍ਹਾਂ ਜਿਹੜਾ ਆਪਣਾ ਮੇਰ ਭਰਿਆ ਹੱਥ ਬਣਾਈ ਰੱਖੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।